ਗੁੱਸੇ ਦੇ ਨਾਲ ਲਾਲੋ ਲਾਲ ਹੋਇਆ। ਥਾਣੇ ਦੇ ਅੰਦਰ ਪੁਲਿਸੀਆਂ ਨੂੰ ਭੱਜ ਭੱਜ ਪੈ ਰਿਹਾ ਇਹ ਉਹੀ ਹਰਸਿਦਕ ਸਿੰਘ ਹੈ ਜੋ ਕਿ ਆਪਣੇ ਪਿਤਾ ਸਰਬਜੀਤ ਸਿੰਘ ਹੋਰਾਂ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ, ਜਿਨ੍ਹਾਂ ਨੂੰ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਅਧੀਨ ਆਉਂਦੀ ਪੁਲਿਸ ਚੌਂਕੀ ਧਰਮਪੁਰਾ ਵਿਖੇ ਨਾਕਾਬੰਦੀ ਦੌਰਾਨ ਪੁਲਿਸ ਨੇ ਰੋਕ ਲਿਆ, ਜਿਸ ਦੌਰਾਨ ਦੋਵਾਂ ਪਿਓ ਪੁੱਤਾਂ ਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਪੇਚਾ ਪੈ ਗਿਆ ਅਤੇ ਫਿਰ ਹਲਕੀ ਬਹਿਸਬਾਜ਼ੀ ਤੋਂ ਥਾਣੇ ਵਿੱਚ ਜਾ ਕੇ ਵੱਡਾ ਹੰਗਾਮਾ ਹੋ ਗਿਆ। ਤੁਸੀਂ ਆਪ ਹੀ ਆਪਣੇ ਮਾਰਿਆ
ਐਡਾ ਕੋਈ ਸਦਾਈ ਹੁੰਦਾ? ਇੱਕ ਮਿੰਟ, ਐਡਾ ਕੋਈ ਸਦਾਈ ਹੁੰਦਾ? ਪਾਗਲਾ ਤੂੰ, ਦਾਰੂ ਪੀ ਲਈ ਹੈ, ਮਲਾਜਾ ਹੋਊਗਾ, ਉਹ ਲੁਕਾ ਕੇ ਗਿਆ, ਕਹਿੰਦਾ ਮਲਾਜਾ ਹੋਊਗਾ, ਪੂਰਾ ਮਲਾਜਾ। ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ, ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ, ਕੋਈ ਐਸੀ ਗੱਲ ਨਹੀਂ। ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੈਂਡ ਦੇ ਕੱਢ ਕੇ ਚਪੇੜ ਮਾਰੀ, ਹਸਬੈਂਡ ਔਰ ਬੇਟੇ ਦੇ ਧੱਕਾ ਮੁੱਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ। ਠੀਕ ਹੈ ਜੀ, ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ, ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ। ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਹਾਂ ਸਾਰਿਆਂ ਕੋਲੋਂ ਕਿ ਮੇਰੇ ਹਸਬੈਂਡ ਅਗਰ ਡਰਿੰਕ ਕਰਦੇ ਆ, ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ, ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਛ ਵੀ ਕੀਤਾ, ਇਹਨਾਂ ਦਾ ਵੀ ਮੁਆਇਨਾ ਕਰਾਇਆ ਜਾਵੇ। SHO ਵੀ ਅੰਦਰ ਹੈ, ਪੂਰੀ ਪੁਲਿਸ ਟੀਮ ਵੀ ਅੰਦਰ ਹੈ, ਸਾਰੇ ਜਾਣੇ ਬਿਨਾਂ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ। ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਹਾਂ। ਇਸ ਮੌਕੇ ਐਕਟਿਵਾ ਸਵਾਰ ਧਿਰ ਦੇ ਵੱਲੋਂ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ। ਉਧਰ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਸੁਣ ਲਓ। ਕੱਲ ਸਾਡੇ ਏਰੀਆ ਦੇ ਵਿੱਚ ਡਿਵੀਜ਼ਨ ਨੰਬਰ 3 ਥਾਣੇ ਦੇ ਵਿੱਚ ਨਾ ਸਨੈਚਿੰਗ ਹੋਈ ਸੀ ਜੀ, ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ। ਅਸੀਂ ਉਹ ਸਨੈਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੇ ਸੀ ਜੀ। ਮੈਂ ਮੇਰੀ ਪੂਰੀ ਟੀਮ ਚੌਂਕੀ ਦੀ ਜੀ, ਅਸੀਂ 9:30 ਵਜੇ ਜਿਹੜੇ ਸਨੈਚਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ, ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ, ਬਟ ਜਿਹੜੇ ਸਨੈਚਰ ਸੀ ਉਹ ਭੱਜ ਗਏ ਸੀ ਜੀ। ਉਸ ਤੋਂ ਬਾਅਦ ਅਸੀਂ ਆ ਕੇ ਚੌਂਕੀ ਅੱਗੇ ਜੀ, ਅਸੀਂ ਨਾਕਾ, ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ, ਕਿ ਜਿਹੜਾ ਟਿੱਪਲ ਰਾਈਡਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਤੇ ਆ ਰਿਹਾ ਉਹਨੂੰ ਰੋਕ ਕੇ ਚੈੱਕ ਕਰੀਏ ਕਿ ਸ਼ਾਇਦ ਜੀ ਸਨੈਚਰੀ ਹੋਏ ਨਾ ਜੀ ਜੀ। ਉਹਨਾਂ ਨੂੰ ਸਾਡੀ ਰੂਟੀਨ ਵੀ ਚੈੱਕ ਇਹੀ ਹੁੰਦੀ ਆ ਜੀ, ਪਰ ਇਹ ਦੋ ਐਕਟਿਵਾ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ, ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਕ ਤਾਂ ਰੁਕਣ ਦਾ ਜੀ, ਤਾਂ ਸਾਡੇ ਮੁਨਸ਼ੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਾਈ ਤੁਸੀਂ ਤੇਜ਼ ਆ ਰਹੇ ਹੋ ਜ਼ਿਆਦੇ, ਥੋੜ੍ਹਾ ਸਲੋ ਚੱਲੋ। ਤਾਂ ਸਰਦਾਰ ਜੀ ਜਿਹੜੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ, ਮੈਂ ਇੱਦਾਂ ਹੀ ਚੱਲਾਂਗਾ। ਓਕੇ, ਤੋ ਸਾਡੇ ਮੁੰਡੇ ਨੇ ਹਰੀਸ਼ ਨੇ ਮੁਨਸ਼ੀ ਨੇ ਕਹਿੰਦਾ ਕਿ ਤੂੰ ਪੱਤਰਕਾਰ ਤਾਂ ਮੈਂ ਵੀ ਮੁਨਸ਼ੀ ਹਾਂ, ਡਿਊਟੀ ਕਰ ਰਹੇ ਹਾਂ, ਤੁਸੀਂ ਆਰਾਮ ਨਾਲ ਚੱਲੋ। ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ, ਇਹ ਗਾਲੂ ਵਾਲੇ ਹੁੰਦੇ। ਮੈਂ ਇਹਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਨੂੰ ਕਿਹਾ ਮੈਂ ਬੋਲਣਾ ਨਹੀਂ, ਮੈਂ ਅੰਦਰ ਲੈ ਆਇਆ ਜੀ। ਸਰਦਾਰ ਜੀ ਜਿਹੜੇ ਆ ਰਹੇ ਸੀ ਮੈਂ ਬਾਹਰ ਫੜ ਕੇ, ਮੈਂ ਕਿਹਾ ਤੁਸੀਂ ਅੰਦਰ ਆ ਜਾਓ, ਮੇਰੇ ਨਾਲ ਬੈਠ ਕੇ ਗੱਲ ਕਰੋ ਜੀ ਕੋਈ ਗੱਲ। ਉੱਥੇ ਆ ਕੇ ਸਰ ਮੇਰੇ ਨਾਲ ਮੁੰਡਾ ਕੌਂਸਲਰ ਸੀਗਾ ਲੱਕੀ ਸ਼ਰਮਾ ਜੀ, ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਵੀ ਸੀ ਨਾਲ, ਉਹਨਾਂ ਨੇ ਇਹਦੀ ਵਰਦੀ ਫੜ ਲਈ ਤੇ ਵਰਦੀ ਪਾੜ ਕੇ ਦੇਖੋ ਤਾਂ ਸਮਝ ਆ। ਇਸ ਮੌਕੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਐਕਟਿਵਾ ਸਵਾਰ ਵੱਲੋਂ ਥਾਣੇ ਵਿੱਚ ਵੜ ਕੇ ਮੁਲਾਜ਼ਮਾਂ ਦੀ ਵਰਦੀ ਪਾੜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਕਟਿਵਾ ਸਵਾਰ ਵੱਲੋਂ ਖੁਦ ਨੂੰ ਪੱਤਰਕਾਰ ਦੱਸਿਆ ਜਾ ਰਿਹਾ। ਸੋ ਇਸ ਮੌਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਬਾਕੀ ਅਸਲ ਸੱਚਾਈ ਕੀ ਹੈ ਇਸ ਲੜਾਈ ਦੀ, ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।